ये सरदार जी हैं जो मदद के लिए आए हैं आगे, और जिन्होंने कम से कम 20 किलोमीटर मेरा मानना है जो गाड़ी अब इस तरीके से टो करते हुए लेके आए हैं। ਵੀਡੀਓ ਪੰਜਾਬ ਤੋਂ ਕਿਸੇ ਬਾਹਰਲੀ ਸਟੇਟ ਦੀ ਹੈ, ਕਿੱਥੋਂ ਦੀ ਹੈ ਇਹ ਤਾਂ ਨਹੀਂ ਪਤਾ, ਪਰ ਔਖੇ ਵੇਲੇ ਸਿੱਖ ਹਰ ਕਿਸੇ ਦੇ ਕੰਮ ਆਉਂਦੇ ਹਨ, ਅਤੇ ਇਹ ਵੀਡੀਓ ਇਸੇ ਗੱਲ ਦੀ ਉਦਾਹਰਣ ਹੈ। ਇਹ ਇੱਕ ਹਸਪਤਾਲ ਦੀ ਐਂਬੂਲੈਂਸ ਸੀ ਜੋ ਕਿਸੇ ਮਰੀਜ਼ ਨੂੰ ਹਸਪਤਾਲ ਲਿਜਾ ਰਹੀ ਸੀ, ਪਰ ਰਾਹ ਵਿੱਚ ਕਿਸੇ ਤਕਨੀਕੀ ਖਰਾਬੀ ਕਾਰਨ ਰੁਕ ਗਈ। ਇਹ ਦੋ ਸਿੱਖ ਨੌਜਵਾਨ ਆਪਣੇ ਮੋਟਰਸਾਈਕਲਾਂ 'ਤੇ ਸਵਾਰ ਸਨ ਜਿਨ੍ਹਾਂ ਇਹ ਰੁਕੀ ਹੋਈ ਐਂਬੂਲੈਂਸ ਦੇਖੀ। ਇਹਨਾਂ ਸਿੰਘਾਂ ਨੇ ਅੱਧੀ ਰਾਤ ਰਸਤੇ ਵਿੱਚ ਖਰਾਬ ਹੋਈ ਐਂਬੂਲੈਂਸ ਨੂੰ ਪੈਰਾਂ ਦੇ ਸਹਾਰੇ 20 ਕਿਲੋਮੀਟਰ ਤੱਕ ਮਗਰੋਂ ਧੱਕਾ ਲਾ ਕੇ ਧਕੇਲ ਕੇ ਸਮੇਂ ਸਿਰ ਹਸਪਤਾਲ ਪਹੁੰਚਾਇਆ ਤੇ ਮਰੀਜ਼ ਦੀ ਜਾਨ ਬਚਾਈ। देखिए, ये हाल इसकी टूटू का है जो कि गाड़ी आरएमएल हॉस्पिटल के लिए पेशेंट ट्रांसफर के लिए गई थी दीनदयाल से। ये गाड़ी वहीं पर रास्ते में बंद हो गई और इस गाड़ी को कुछ साथियों की मदद से हमारे पास टो करने के लिए कुछ सामान नहीं था, तो फिर कुछ लोग आए साथ में साथ मदद करने के लिए। इन लोगों ने, भाइयों ने मदद करी हमारी। ये सरदार जी हैं जो मदद के लिए आए हैं आगे, और जिन्होंने कम से कम 20 किलोमीटर मेरा मानना है जो गाड़ी अब इस तरीके से टो करते हुए लेके आए हैं। इससे पता चलता है कि अभी इंसानियत बाकी है। जो लोगों की मदद के लिए आज भी लोग आ रहे हैं और इतनी मदद करते हैं, ਭਾਵੇਂ ਅੱਤਵਾਦੀ ਕਹਿ ਲਓ, ਭਾਵੇਂ ਗਰਮ ਖਿਆਲੀ ਤੇ ਭਾਵੇਂ ਜੋ ਮਰਜ਼ੀ, ਇਹ ਸੇਵਾ ਭਾਵਨਾ ਦੀ ਦਾਤ ਹੀ ਐਸੀ ਹੈ ਜੋ ਸਿੱਖਾਂ ਨੂੰ ਗੁੜਤੀ ਵਜੋਂ ਮਿਲੀ ਹੈ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਦੋਂ ਕੋਈ ਅੱਧੀ ਰਾਤ ਨੂੰ ਮਦਦ ਲਈ ਸੁੰਨਸਾਨ ਰਾਹ 'ਤੇ ਰੁਕਦਾ ਵੀ ਨਹੀਂ, ਉਸ ਸਮੇਂ ਅਜਿਹੀ ਸੇਵਾ ਭਾਵਨਾ ਵਾਲੀ ਮਦਦ ਸਿਰਫ ਸਿੱਖਾਂ ਹਿੱਸੇ ਆ ਸਕਦੀ ਹੈ। ਇਹ ਭਾਈ ਘਨੱਈਏ ਦੇ ਵਾਰਸ ਹਨ, ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ। ਸਿੱਖਾਂ ਲਈ ਦੂਜਿਆਂ ਦੀ ਸੇਵਾ ਕਰਨਾ ਹੀ ਅੱਤਵਾਦ ਹੈ।